ਈ ਅੱਲਾ, ਅੱਲਾ ਭਲਾ ਕੁਲ ਦੀ ਖੈਰ। ਕੀ ਹਾਲ ਹੈ ਭਾਈ? ਸ਼ੁਕਰ ਅੱਲਾ ਦਾ ਭਾਜੀ। ਅਜੇ ਖੋਤਾ ਨਹੀਂ ਖਲੋਤਾ ਵਾ, ਖੋਤਾ ਹੀ ਹੈ ਭਾਜੀ, ਨਜ਼ਰ ਨਹੀਂ ਆ ਰਿਹਾ। ਅਸਲੋਂ ਬੁਕਿੰਗ ਕਰਵਾਉਣੀ ਸੀ ਭਾਜੀ। ਬੁਕਿੰਗ ਕਰਾਣੀ? ਕੀ ਲੱਦਣਾ ਭਾਜੀ? ਬਜਰੀ ਲੱਦਣੀ, ਇੱਟਾਂ ਲੱਦਣੀਆਂ ਵਾ, ਬੈਡ ਲੱਦਣਾ ਵਾ, ਡਰੈਸਿੰਗ ਟੇਬਲ, ਫਰਿੱਜ, ਵਾਸ਼ਿੰਗ ਮਸ਼ੀਨ, ਕੀ ਖੜਨਾ ਵਾ? ਨਹੀਂ ਨਹੀਂ ਫੈਮਿਲੀ ਨੇ ਜਾਣਾ। ਹਾਂਜੀ ਫੈਮਿਲੀ ਬੱਜੀ ਪਈ ਤੁਹਾਡੀ ਭਾਜੀ? ਗੱਠੀਆਂ 'ਚ ਬੱਜੀ ਹੈ ਜਿਹੜੀ ਚੁੱਕ ਉੱਤੋਂ ਲੱਦਣੀ ਹੈ? ਨਹੀਂ ਨਹੀਂ ਫੈਮਿਲੀ ਨੇ ਖੋਤੇ ਰੇੜੀ ਤਾਂ ਕੀ ਕਰਨ ਜਾਣਾ ਭਾਜੀ? ਅਸਲ ਮੇਰੇ ਸਾਲੇ ਦੀ ਮੰਗਣੀ। ਕਿੰਨੇ? ਮੇਰੇ ਸਾਲੇ ਦੀ ਮੰਗਣੀ ਹੈ। ਅੱਛਾ ਸਾਲੇ ਦੀ ਮੰਗਣੀ ਹੈ। ਮੈਂ ਕਿਹਾ ਅਰੇ ਸਾਲੇ ਦੀ ਮੰਗਣੀ ਹੈ, ਮੈਂ ਸਮਝਿਆ ਕਿ ਸਾਲੇ ਦੀ ਮੰਗਣੀ ਹੈ। ਬਾਹ ਆਦਮੀ ਹੈ ਤੁਹਾਨੂੰ ਵੈਸੇ ਥੋੜੀ ਜੀ। ਉੱਥੇ ਭਾਜੀ ਸਾਲੇ ਦੀ ਮੰਗਣੀ 'ਚ ਖੋਤੇ ਦੇ ਰੇੜੇ ਦਾ ਕੀ ਕੰਮ ਆ? ਮੈਂ ਪੁੱਛ ਰਿਹਾ ਵਾ। ਮੈਂ ਜਾਣਾ ਇਸਲਾਮਾਬਾਦ। ਤੇ ਜਾਓ ਭਾਜੀ, ਡਾਇਵੋ ਆ। ਨਹੀਂ ਨਹੀਂ ਅੱਜ ਕੱਲ੍ਹ ਉਹ ਨਾ ਪੰਪ ਵੀ ਬੰਦ ਨੇ ਭਾਣ, ਟ੍ਰੈਫਿਕ ਵੀ ਜਾਮ ਹੈ ਬਹੁਤ ਜ਼ਿਆਦਾ, ਗੱਡੀ ਕੋਈ ਜਾ ਨਹੀਂ ਰਹੀ। ਮੈਂ ਕਿਹਾ ਹੁਣ ਫੈਮਿਲੀ ਦੇ ਨਾਲ ਜਾਣਾ ਤੇ ਇਹਨੇ। ਹਾਂਜੀ ਬਿਲਕੁਲ, ਤੇ ਫੈਮਿਲੀ ਨਾਲ ਇਸਲਾਮਾਬਾਦ ਨਾਲ ਜਾਣਾ ਤੁਸੀਂ, ਤੇ ਮੰਗਣੀ ਤੈਨੂੰ ਪਤਾ ਬੀਵੀਆਂ ਫਿਰ ਜ਼ਿੱਦ ਕਰ ਲੈਂਦੀਆਂ ਕਿ ਜਾਣਾ ਜੀ ਜਾਣਾ, ਹਰ ਸੂਰਤ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜਾਏ ਜਾਣਾ ਹੀ ਜਾਣਾ। ਇਹ ਬੜਾ ਜ਼ਿੱਦ ਕਰਦੇ, ਇੱਕ ਬੀਵੀਆਂ ਤੇ ਇੱਕ ਜਾਨਵਰ, ਇਹ ਦੋਵੇਂ ਚੀਜ਼ਾਂ ਬਹੁਤ ਜ਼ਿੱਦੀ ਨੇ। ਮੇਰਾ ਵੀ ਖੋਤਾ ਬੜਾ ਜ਼ਿੱਦੀ ਹੈ, ਜ਼ਿੱਦ ਪੈ ਜਾ ਫਿਰ ਟੁੱਟਦਾ ਹੀ ਨਹੀਂ ਹੈਗਾ। ਤੇ ਲੇਕਿਨ ਭਾਜੀ ਤੁਸੀਂ ਕੋਈ ਗੱਡੀ ਛੱਡੀ ਕਰਾਓ, ਇਸਲਾਮਾਬਾਦ ਜਾਣਾ, ਖੋਤੇ ਰੇੜੇ ਤੇ ਕੌਣ ਜਾਂਦਾ ਜੇ ਇਸਲਾਮਾਬਾਦ? ਗੱਡੀਆਂ ਤੇ ਪਾਣ ਘਰ ਵੀ ਖਲੋਤੀਆਂ ਵਾ, ਗੱਡੀ ਦਾ ਕੋਈ ਮਸਲਾ ਨਹੀਂ ਹੈਗਾ, ਲੇਕਿਨ ਪੈਟਰੋਲ ਨਹੀਂ ਹੈਗਾ, ਪੈਟਰੋਲ ਮਿਲ ਨਹੀਂ ਰਿਹਾ ਕਿਤੋਂ। ਅੱਛਾ ਪੈਟਰੋਲ ਨਹੀਂ ਮਿਲ ਰਿਹਾ ਤੇ ਬੰਦ ਨੇ ਅਗਲੇ ਵੱਲ ਸੇ ਜਲੂਸ ਦੀ ਵਜ੍ਹਾ ਤੋਂ? ਹਾਂਜੀ 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 ਮੋਟਰ ਵੇ ਵੀ ਬੰਦ ਆ, ਸਾਰਾ ਕੁਝ, ਸਾਰਾ ਕੁਝ ਬੰਦ ਆ। ਹਾਂਜੀ ਹਾਂਜੀ, ਤੇ ਉਹ ਇਹ ਕਿ ਮੈਂ ਕਿਹਾ ਚਲੋ ਜਾਣਾ ਤੇ ਹੈ ਹੀ ਹੈ, ਚਲੋ ਜਰਾ ਇਹ ਆਪਣੀ ਕਨਵੀਨੈਂਸ ਹੋ ਜਾਏਗੀ, ਜਰਾ ਨਾਲ ਹਵਾ 'ਚ ਹੱਸਦੇ ਖੇਡਦੇ ਜਾਵਾਂਗੇ, ਬੱਚੇ ਵੀ ਖੁਸ਼ ਹੋ ਜਾਣਗੇ। ਹਵਾ 'ਚ ਹੱਸਦੇ ਖੇਡਦੇ ਜਾਓਗੇ, ਹੈਲੀਕਾਪਟਰ ਤੇ ਲੈ ਕੇ ਜਾਣਾ ਮੈਂ ਤੁਹਾਨੂੰ, ਉੱਤੋਂ ਜਾਣਾ ਉੜਨ ਕਲੀਨ ਆ ਮੇਰੇ ਕੋਲ, ਜਿਹੜਾ ਤੁਹਾਨੂੰ ਆਵਾਜ਼ ਜਾਂ ਉਡਾ ਕੇ ਲੈ ਕੇ ਜਾਏਗਾ। ਭਾਜੀ ਖੋਤੇ ਰੇੜੀ ਤੇ ਇਸਲਾਮਾਬਾਦ ਜਾਇਆ ਜਾਂਦਾ ਵਾ, ਜਾਨਵਰ ਆ, ਪਹਾੜੀ ਦਾ ਵਾ, ਖੁਦਾ ਦਾ ਹੋਊਗਾ ਉਹ ਚੰਗੇ ਸਿਆਣੇ ਪੈਣੇ ਮੈਨੂੰ ਤੁਸੀਂ ਲੱਗਦੇ ਹੋ, ਕਿਹੋ ਜਿਹੀਆਂ ਗੱਲਾਂ ਕਰਨ ਦੇ? ਦੇਖੋ ਮਜਬੂਰੀ ਟਾਈਮ, ਤੁਸੀਂ ਮਿਸਾਲ ਤੇ ਸੁਣੀ ਹੈ ਉਰਦੂ ਦੀ ਕਿ ਮਜਬੂਰੀ ਕੇ ਵਕਤ ਗਦੇ ਕਭੀ ਬਾਪ ਕਹਿਣਾ ਪੜਤਾ, ਖੋਤੇ ਨੂੰ ਵੀ ਪਿਓ ਕਹਿਣਾ ਪੈਂਦਾ, ਗਦੇ ਕਭੀ ਬਾਪ ਕਹਿਣਾ ਪੜਤਾ, ਕਹਿਣਾ ਪੈਂਦਾ। ਹਾਂਜੀ, ਤੇ ਤੁਸੀਂ ਕਿਹਨੂੰ ਕਹਿ ਰਹੇ ਹੋ, ਉਹਨੂੰ ਜਾਂ ਮੈਨੂੰ? ਘਰ ਚੋਂ ਖੋਤਾ ਕੌਣ ਆ? ਪੋਤਾ ਤੇ ਉਹ ਵਾ ਤੇ ਖਲੋਤਾ ਮੈਂ ਵਾ। ਹੁਣ ਤੁਸੀਂ ਤੁਹਾਡੀ ਜਾਇਜ਼ ਆ ਕਿ ਕੌਣ ਆ ਅੱਬਾ ਜੀ ਇਹਨਾਂ ਚੋਂ, ਖਲੋਤਾ ਜਾਂ ਖੋਤਾ? ਅੱਛਾ ਫੈਮਿਲੀ ਹੈ? ਉਹ ਫੈਮਿਲੀ ਨਹੀਂ, ਉਹ ਮੇਰੇ ਕੋਲ ਪਿਓ ਪੁੱਤਰ ਜਾਨਵਰ ਆ, ਮੇਰਾ ਬਣਾਇਆ ਨੂੰ ਆਪਣੀ ਔਲਾਦ ਆ ਰਹੀ ਪਾਲਿਆ, ਉਹਦਾ ਇਹ ਲਾਡ ਪਿਆਰ ਕਰੀਦਾ, ਇਹੀ ਮੈਨੂੰ ਕਮਾ ਕੇ ਦਿੰਦਾ, ਇਹਦੇ ਤੇ ਸਾਰੀ ਮਿਹਨਤ ਮਜ਼ਦੂਰੀ ਹੁੰਦੀ ਭਾਜੀ, ਇਹਨੂੰ ਆਪਣੀ ਔਲਾਦ ਆ ਰਹੀ ਰੱਖਿਆ, ਭਾਵੇਂ ਖੋਤਾ ਵਾ। ਜਾਨਵਰ ਦਾ ਜਿੰਨਾ ਪਿਆਰ ਕਰੋਗੇ ਤੁਹਾਡਾ ਤੁਹਾਡਾ ਹੋ ਜਾਏਗਾ। ਨਹੀਂ ਨਹੀਂ ਮੈਨੂੰ ਲੱਗਦਾ ਵੀ ਹਾਂ ਹਾਂ, ਤੁਸੀਂ ਇੱਥੇ ਨਾ ਲਵਾ ਇਹਦੇ ਨਾਲ ਦੀਆਂ ਹਾਂ ਹਾਂ 6 ਸੀਟਾਂ ਬਣਾਉਣੀਆਂ, ਕਾਹਦੇ ਵਾਸਤੇ? ਇੱਥੇ ਕਾਰਪਟ ਵਿਛਾ ਲਓ, ਇੱਥੇ ਕਾਰਪਟ ਵਿਛਾ ਕੇ 6 ਸੀਟਾਂ, 1 2 3 4 5 6, ਤੇ ਇੱਕ ਇੱਥੇ ਤੁਸੀਂ ਆਪ ਤੋਂ ਇੱਟਾਂ ਰੱਖ ਲੈਣੀਆਂ ਆਪਣੇ ਨੇ, ਲੰਮਾ ਸਫ਼ਰ ਆ ਉੱਥੇ ਤੁਸੀਂ ਲੱਤਾਂ ਵੀ ਕਰ ਲੈਣਾ, ਚੌਂਕੜੀ ਮਾਰ ਕੇ ਵੀ ਚਲਾਏ ਜਾਣਾ ਆਰਾਮ ਨਾਲ, ਉੱਥੇ ਕਿਹੜਾ ਕੋਈ ਧੱਕੇ ਲੱਗਣੇ ਆ, ਕਿਸੇ ਨੇ ਹਾਰਨ ਦੇਣਾ ਜਾਂ ਅੱਗੋਂ ਗੱਡੀ ਆ ਰਹੀ ਹੈ ਕ੍ਰਾਸ ਮਾਰਨਾ ਇਸ਼ਾਰਾ ਲਾਉਣਾ, ਇਹ ਤੁਹਾਨੂੰ ਹੈ ਹੀ ਨਹੀਂ, ਤੁਸੀਂ ਬਸ ਜਾਈ ਜਾਣਾ ਵਾ ਆਰਾਮ ਨਾਲ, ਹੌਲੀ 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 ਜਿੱਥੇ ਦਿਲ ਕਰੇਗਾ ਉੱਤਰ ਕੇ ਚਾਹ ਪੀਵਾਂਗੇ, ਇਹਨੂੰ ਕੁਛ ਪੱਠੇ ਖਵਾ ਲਾਂਗੇ ਜਾਂ ਇਹਨੂੰ ਕੇਕ ਖਵਾ ਲਾਂਗੇ, ਤੁਹਾਨੂੰ ਪੱਠੇ ਖਵਾ ਲਾਂਗੇ, ਇਹਨੂੰ ਪੈਟਰੋਲ ਪਵਾ ਲਾਂਗੇ, ਪੈਟਰੋਲ ਵੀ ਪਾਇਆ ਜਾਂਦਾ ਜੀ। ਉਹ ਖੋਤਾ ਰੇੜੀ ਉਹ ਭਾਈ, ਇਹਨੇ ਏਡਾ ਸਫ਼ਰ ਨਹੀਂ ਉਹ ਕਰਨਾ, ਇਹ ਸ਼ਹਿਰ ਦੇ ਵਿੱਚ ਵਿੱਚ ਮੈਂ ਮਜ਼ਦੂਰੀ ਕਰਨਾ ਸਵੇਰੇ 5-6 ਵਜੇ ਤੋਂ ਲੈ ਕੇ ਤੇ 4 ਵਜੇ ਤੱਕ, ਇਹਨਾਂ ਮਜ਼ਦੂਰੀ ਨੇ 4 ਪੈਸੇ ਕਮਾਏ ਤੇ ਤੂੰ ਇਸਲਾਮਾਬਾਦ ਪਵਾ ਲੈ, ਸੀਟਾਂ ਵੀ ਲਵਾ, ਫਲਾ ਕਰ ਐ ਕਰ, ਪਤਾ ਨਹੀਂ ਟਰਾਂਸਪੋਰਟਰ ਆ ਤੂੰ ਕੌਣ ਆ ਤੂੰ, ਇਹਦੇ ਪਿੱਛੇ ਇੱਕ ਛੋਟਾ ਜਿਹਾ ਫੱਟਾ ਹੋਰ ਬੰਨ ਲੈਣਾ, ਪਾ ਕੇ ਇਹਦੇ ਪੱਠੇ ਜਿਹੜੇ ਨੇ ਇਹਦੇ ਖਾਣ ਪੀਣ ਦਾ ਸਮਾਨ ਉਹ ਵੀ ਤੁਸੀਂ ਪਿੱਛੇ ਰੱਖ ਲੈਣਾ, ਬੇਸ਼ੱਕ ਕੋਈ ਐਸੀ ਗੱਲ ਸਾਨੂੰ ਨੀ ਇਤਰਾਜ਼ ਕੋਈ,
ਰਾਜ ਅਗਰ ਤੁਹਾਨੂੰ ਕੋਈ ਸਵਾਰੀ ਮਿਲੇ ਇਸਲਾਮਾਬਾਦ ਪਿੰਡੀ ਦੀ, ਤੁਸੀਂ ਉਹ ਵੀ ਬਿਠਾ ਲੈਣੀ। ਉਹ ਮੈਂ ਕਿਉਂ ਪਾਉਣੀ ਆ ਯਾਰ, ਮੈਂ ਮਤਲਬ IAS ਲੈ ਕੇ ਟੁਰਿਆ ਆ ਵਾ, ਖੰਡਾ ਰੇੜੀ ਆ ਯਾਰ, ਤੇਰਾ ਦਿਮਾਗ ਨੀ ਠੀਕ ਹੈਗਾ। ਬਸ ਇਹਦੇ ਕੰਨ ਜਿਹੜਾ ਬੰਨ ਕੇ ਨਾ ਥੋੜੇ ਥੱਲੇ ਕਰ ਲੈਣੇ, ਤਾਂ ਕਿ ਆਉਣ ਵਾਲੇ ਬੰਦੇ ਨੂੰ ਪਰੇਸ਼ਾਨੀ ਨਾ ਹੋਵੇ। ਆਉਣ ਵਾਲੇ ਬੰਦੇ ਨੂੰ ਕੀ ਪਰੇਸ਼ਾਨੀ ਹੋਣੀ, ਕਿ ਤੁਹਾਡੇ ਸਾਲੇ ਨੂੰ ਨਾ ਹੋਵੇ ਮੰਗਣੀ ਉਹਦੀ, ਦੋਵਾਂ ਦੀ ਸ਼ਕਲ ਇੱਕ ਜੀ, ਪਤਾ ਨੀ ਕਿਸੇ ਨਾਲ ਮੰਗਣੀ ਕਰ ਦੇਣ, ਖੋਤੇ ਨਾ ਕਰ ਦੇਣ ਖੁਸ਼ ਆ। ਅਸਲ ਤੁਹਾਡੀ ਭਰਜਾਈ ਨਾ ਵਾਵਾ ਪੰਜ ਇੱਕ ਜਾਣਾ ਹੀ ਜਾਣਾ, ਤੇ ਮੈਂ ਮਨਾ ਕਰਤਾ ਸੀ, ਮੈਂ ਕਿਹਾ ਰਹਿਣ ਦੇ ਨਹੀਂ ਜਾਂਦੇ, ਕਰ ਦਿਓ ਉਹਨੂੰ ਮਨਾ। ਮਨਾ ਕਰ ਦਿਆ ਕਿਹੜਾ ਪੈਸੇ ਲੱਗਣੇ ਆ ਭਾਈ ਮੇਰਿਆ, ਓਏ ਖੋਤੇ ਰੇੜੀ ਦੇ ਉੱਤੇ ਭਰਜਾਈ ਨੇ ਕਦੋਂ ਬਹਿਣਾ ਵਾ, ਮੈਂ ਬਿਠਾਵਾਂਗਾ ਉਹਦੇ ਨੇ, ਉਹਨੂੰ ਕਹਿ ਮੰਗਣੀ ਅੱਗੇ ਕਰ ਲੈ, ਰਾਹ ਖੋਲ ਹੀ ਜਾਣੇ ਆ ਯਾਰ। ਮੰਗਣੀ ਨੀ ਅੱਗੇ ਹੋ ਸਕਦੀ, ਸਾਲੇ ਨੇ ਕਹਿਤਾ, ਸੱਸ ਨੇ ਕਹਿਤਾ, ਅਸੀਂ ਉਹ ਲਕੀਰ ਸਮਝਨੇ ਪੱਥਰ ਤੇ। ਮਾਸ਼ਾਅੱਲਾ, ਬੜਾ ਵੱਡਾ ਮੁਰਸ਼ਦ ਖਾਨਾ ਤੁਹਾਡਾ, ਜਿੱਥੇ ਤੁਸੀਂ ਬੜਾ ਹੀ ਅਦਬ ਕਰਦੇ ਹੋ, ਸਸੂ ਮਾਂ ਦਾ ਵੀ ਤੇ ਨਾਲ ਸਾਲੇ ਦਾ ਵੀ, ਤੁਸੀਂ ਸੇਗਮ ਦੇ ਤੇ ਤੁਸੀਂ ਚਰਨਾ ਚੋਂ ਨਹੀਂ ਉੱਠਦੇ ਹੋਣੇ। ਜ਼ਾਹਿਰ ਹੈ ਜੀ, ਘਰ ਜੋ ਚਲਾਉਣਾ ਪਰ ਬੀਬੀ ਦਾ, ਬੀਵੀ ਨਾਲ ਅਦਬ ਨਾ ਕਰੀਏ, ਆਰਾਮ ਨਾ ਕਰੀਏ ਬੀਵੀ ਦਾ, ਫਿਰ ਬੰਦਾ ਕਾਹਦਾ। ਉਹ ਘਰ ਬੀਵੀ ਨਾ ਚਲਾਉਣਾ ਤੂੰ, ਉਹ ਭਾਈ ਘਰ ਪੈਸਾ ਨਾ ਚੱਲਦਾ, ਮੈਨੂੰ ਮਜ਼ਦੂਰੀ ਕਰਕੇ ਕਮਾ ਕੇ ਲਿਆਓ ਪੈਸਾ, ਨਾ ਘਰ ਚੱਲਦਾ। ਤੁਸੀਂ ਲਾਉਣਾ ਟੈਂਟ ਸਾਈਡ ਤੇ, ਠੀਕ ਆ ਲਾ, ਬਾਜੀ ਦੀ ਫੌਤਗੀ ਹੋ ਗਈ ਇੱਥੇ, ਲਾਸ਼ ਰੱਖਣੀ ਇੱਥੇ, ਟੈਂਟ ਲਾ, ਇੱਧਰੋਂ ਟੈਂਟ ਐਨੀ ਕਰਕੇ ਇੱਧਰੋਂ ਟੈਂਟ ਲਾ ਲੈਣਾ, ਇੱਕ ਦਰਵਾਜ਼ਾ ਬਣਾਉਣਾ ਪਿੱਛੋਂ, ਦੋ ਪੌੜੀਆਂ ਇੱਧਰ ਆਓ, ਦੋ ਪੌੜੀਆਂ ਤੁਸੀਂ ਇੱਥੇ ਬਣਾਉਣੀਆਂ, ਇੱਥੇ ਦੋ ਪੌੜੀਆਂ ਚੜ੍ਹਨ ਵਾਲੀਆਂ, ਇੱਥੇ ਆਲੇ ਦੁਆਲੇ ਟੈਂਟ ਲਾ ਕੇ 4-6 ਸੀਟਾਂ, ਆਰਾਮ ਨਾਲ ਪੂਰੀ ਫੈਮਿਲੀ, ਦੋ ਬੱਚੇ ਆ ਮੇਰੇ, ਦੋ ਜੀ ਅਸੀਂ ਆਪ ਆ, ਆਰਾਮ ਨਾਲ ਤੁਰੇ ਚੱਲਾਂਗੇ। ਟੈਂਟ ਲਾ ਕੇ ਤੇ ਅੰਦਰ ਭਾਬੀ ਦਾ ਆਪਰੇਸ਼ਨ ਕਰਨਾ, ਤੀਜਾ ਬੱਚਾ ਵੀ ਤੇਰਾ ਹੋਣ ਵਾਲਾ, ਇੱਥੇ ਪੌੜੀਆਂ ਲਾਵਾਂ ਇਹਨੂੰ ਮੈਂ ਲੈ ਕੇ ਜਾ, ਆਪਰੇਸ਼ਨ ਥੀਏਟਰ ਬਣਾਉਣਾ ਇਹਦਾ, ਤੁਸੀਂ ਇਸਲਾਮਾਬਾਦ ਚਾਬੀਆਂ ਵਾ ਮੇਰੇ ਕੋਲ ਯਾਰ, ਬਸ ਠੀਕ ਹੋ ਗਿਆ, ਟਿਕਟਾਂ ਤੇਰੀਆਂ ਮੈਂ ਜੇਬ ਚ ਪਾਈ ਦੀਆਂ ਨੇ, ਉਹ ਤਾਂ ਮੇਰੀ ਆਪਣੀ ਹੈ ਨਾ, ਬਹੁਤਾ ਪੈ ਜਾਂਦਾ, ਮੈਂ ਤੈਨੂੰ ਕਰਾ ਦੇਗਾ ਤੂੰ ਅੱਗੇ ਦੇਗਾ, ਮਾੜੀ ਗੱਲ ਗੱਡੀ ਨਹੀਂ ਮਿਲਦੀ, ਮੇਰਾ ਕਸੂਰ, ਮੈਂ ਹੜਤਾਲ ਕਰਾਈ, ਮੈਂ ਬੰਦ ਕਰਾਇਆ ਨੇ ਰਾਮ ਮੋਟਰ, ਮੇਰੇ ਕਹਿਣ ਤੇ ਬੰਦ ਹੋਈ ਹੈ, ਬਸ ਇਹਦੀ ਪੁੱਛ ਲੈ ਲੱਤ ਨਾ ਬੰਨ ਲੈਣੀ, ਤਾਂ ਕਿਉਂ ਨਾ ਬਾਰ ਬਾਰ ਇੰਜ ਕਰੇ, ਤੂੰ ਫਿਰ ਬੱਚੇ ਤਰ੍ਹਾਂ ਤੰਗ ਹੁੰਦੇ ਨਾ ਉਹਦੀ ਵਜ੍ਹਾ ਤੋਂ, ਨਹੀਂ ਤੇ ਪੁੱਛ ਲੈ ਮੈਂ ਕਿੱਥੇ ਲੈ ਜਾ ਸੀ, ਹੈਂ ਖੋਤੇ ਦੀ ਉਮਰ ਕਿੰਨੀ ਹੈ ਵੈਸੇ, ਕਿਉਂ ਕੀ ਗੱਲ ਹੈ, ਨਿੱਕੀ ਭੈਣ ਵੀ ਆਉਣੀ ਇਹਦੇ ਨਾਲ, ਕਿਉਂ ਪੁੱਛੀ ਜਾਂਦਾ ਵਾ, ਤੂੰ ਬਦਤਮੀਜ਼ੀ ਕਰ ਰਿਹਾ, ਬਦਤਮੀਜ਼ੀ ਤੂੰ ਕਰ ਰਿਹਾ, ਚੰਗਾ ਭਲਾ ਫੇਰਾ ਲੱਦਣ ਡਿਆ ਤੂੰ, ਮੈਨੂੰ ਉਹ ਨੀ ਲੱਦਣ ਦਿੰਦਾ, ਖੋਤੇ ਦੀ ਪੁੱਛ ਲਾਉਣ ਬੰਨ ਦੇ, ਮੈਨੂੰ ਫਲਾਣ ਕਰ ਦੇ, ਇਹਦੀ ਉਮਰ ਕੀ ਹੈ, ਤੂੰ ਉਮਰ ਚੋਂ ਕੀ ਲੈਣਾ, ਹਾਰਨ ਨੀ ਨਾ, ਹਾਰਨ ਨੀ ਨਾ ਹੋਇਆ, ਤਾਂ ਹਾਰਨ ਨੀ ਮੰਗਣੀ ਆਪਸੀ ਤੇ ਸੱਸ ਨੂੰ ਨਾਲ ਲਿਆਣਾ ਵਾ, ਉਹ ਖੋਤੇ ਦਬਾ ਕੇ ਲਿਆਵਾਂਗੇ, ਤੇਰਾ ਸਾਲਾ ਵੀ ਤੇ ਸੱਸ ਵੀ, ਬਸ ਠੀਕ ਹੋ ਗਿਆ, ਉਹ ਜਾ ਭਾਈ ਨਵੀਆਂ ਪਾ ਲਾ ਇਹਨਾਂ ਨੂੰ, ਇਹ ਰਾਤ ਚ ਵਿਆਹ ਸ਼ਾਦੀ ਤੇ ਬੁਰੀਆਂ ਲੱਗਦੀਆਂ, ਵਾਗਾਂ ਨੂੰ ਨਾ ਕਰ, ਵਾਗਾਂ ਵੀ ਪੁਰਾਣੀਆਂ ਪਾਈਆਂ, ਉਹ ਤੂੰ ਵਾਗ ਫੜਾਈ ਆ ਦਿੱਤੀ, ਭਾਗ ਤੇ ਵਾਗ ਫੜਾਈ ਵੀ ਲੈ ਲਈ ਖੋਤੇ ਤੇ, ਫਿਰ ਬਸ ਠੀਕ ਹੈ ਨਾ, ਉਹ ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ, ਅਮਣੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ,
ਖੋਤੇ ਚੜਿਆ ਐ ਗਾ ਲਈ ਘੋੜੀ ਕੱਢਦੀ ਖੋਤੇ ਚੜਿਆ ਗਾ ਲਈ ਕਿਰਾਇਆ ਨਹੀਂ ਕਿਧਰ ਫੇਰਾ ਸ਼ੇਰਾ ਸੁੱਟਣਾ ਵਾ ਯਾਰ ਫੇਰਾ ਹੀ ਭਾਈ ਇਸਲਾਮਾਬਾਦ ਦਾ ਫੇਰਾ ਵੱਡਾ ਫੇਰਾ ਲੈਣਾ ਤੈਨੂੰ ਪਾਗਲ ਹੋ ਗਏ ਯਾਰ ਤੇਰਾ ਦਿਮਾਗ ਠੀਕ ਹੈ ਇਸਲਾਮਾਬਾਦ ਖੋਤਾ ਰੇੜਾ ਜਾਂਦਾ ਵਾ ਐਡੀ ਦੂਰ ਜਾਂਦਾ ਦਿਨ ਲੱਗ ਜਾਣੇ ਆ ਜਾਂਦਾ ਮੇਰਾ ਕੋਈ ਇੰਨਾ ਟਾਹ ਕਰੋ ਨਾ ਕਰੋ ਨਾ ਕਰੋ ਮਾਈਨਸ ਮੈਨੂੰ ਫੇਰਾ ਲੱਗਦਾ ਸਮਾਨ ਚੁੱਕੋ ਬਸ ਠੀਕ ਹੈ ਫੇਰਾ ਦਫਾ ਕਰੋ ਉਹ ਤਾਂ ਐਸਾ ਤੂੰ ਫਜ਼ੂਲ ਆਦਮੀ ਹੈ ਯਾਰ ਮੈਨੂੰ ਕੰਮ ਕਰਨ ਦੇ ਮੈਂ ਦਿਹਾੜੀ ਲਾਣ ਡਿਆ ਤੂੰ ਆਪਣਾ ਕੰਮ ਕਰਨ ਡਿਆ ਠੀਕ ਹੈ ਸੀਟਾਂ ਉੱਤੇ ਨਵੀਆਂ ਲਵਾਉਣੀਆਂ ਭਾਜੀ ਸੀਟਾਂ ਨਵੀਆਂ ਪੁਰਾਣੀਆਂ ਸੀਟ ਨਵੀਆਂ ਕਿਉਂ ਲਾਉਣੀਆਂ ਪੁਰਾਣੀ ਸੀਟ ਹੋਏਗੀ ਨਾ ਤੇ ਸਾਰੇ ਮੇਰੇ ਲੱਫੜ ਪਾ ਲੈਣਗੇ ਕਿ ਲਓ ਜੀ ਪੁਰਾਣੀ ਖੋਤੀ ਰੇੜੀ ਲੈ ਆਓ ਤੇਰਾ ਸੌ ਵਿਆਹ ਸ਼ਾਦੀ ਤੇ ਨਵੀਂ ਖੋਤਾ ਰੇੜੀ ਹੋਈ ਅਗਲੇ ਖੁਸ਼ ਹੋ ਜਾਂਦੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਕਹਿਣਾ ਸੀ ਨਾ ਮੈਂ ਨਵੀਂ ਖੋਤਾ ਰੇੜੀ ਤੁਹਾਡੇ ਕੋਲ ਲੈ ਗਿਆ ਦਾਵਾਂ ਹੁਣ ਉਹ ਖੋਤੇ ਰੇੜੀ ਦੀ ਅੱਗੋਂ ਦੋ ਤਿੰਨ ਖੋਤੀਆਂ ਰੇੜੀਆਂ ਛੋਟੀਆਂ ਛੋਟੀਆਂ ਆ ਬਸ ਠੀਕ ਹੈ ਬਸ ਤੁਹਾਨੂੰ ਸਹੀ ਹੋਣਾ ਚਾਹੀਦਾ ਚਲੀਏ ਬੱਚੇ ਨੂੰ ਕਿੱਥੇ ਜਾਣਾ ਹੀ ਆ ਵੀ ਮੇਰਾ ਦਿਮਾਗ ਨਾ ਯਾਰ ਖਰਾਬ ਕਰ ਮੈਨੂੰ ਕੰਮ ਕਰਨ ਦੇ ਮੇਰਾ ਨਵਾਂ ਸੂਟ ਪਾਣਾ ਹੀ ਤੂੰ ਮੰਗਣੇ ਤੇ ਇਹਨਾਂ ਦੇ ਉੱਤੇ ਅਗਲੇ ਕਹਿੰਦੇ ਜੀ ਖੋਤਾ ਰੇੜੀ ਦਾ ਅਗਲਾ ਪਿੱਛੇ ਆ ਗਿਆ ਮੇਰੇ ਵਰਗੀਆਂ ਇੱਟਾਂ ਤੇ ਛੱਡਣ ਜਾਣਾ ਯਾਰ ਚਲੋ ਮੈਂ ਚਲਾਵਾਂਗਾ ਮੈਂ ਚਲਾਵਾਂਗਾ ਤੂੰ ਚਲਾਏਗਾ 1-5 ਜਿਹਦਾ ਤੇ ਤੂੰ ਚਲਾਉਣਾ ਲਾਇਸੈਂਸ ਮੇਰਾ ਬਣਿਆ ਵਾ ਇੰਟਰਨੈਸ਼ਨਲ ਤੇ ਫਿਰ ਖੋਤੇ ਦੇ ਅੱਗੇ ਬਹਿ ਕੇ ਚਲਾਉਣਾ ਮੈਨੂੰ ਇੱਟਾਂ ਲੱਦਣ ਦੇ ਯਾਰ ਬੰਦਾ ਵੀ ਆ ਗਿਆ ਪਿੱਛੇ ਉਹਨਾਂ ਦਾ ਮਾਰ ਚਲੀ ਆਪਣਾ ਕੰਮ ਚੱਲ ਮੈਂ ਚਲਾਵਾਂ ਜਾਂਦੀ ਵਾਰੀ ਉਹ ਤੂੰ ਕਿੱਥੇ ਚਲਾਉਣਾ ਉਹ ਯਾਰ ਚੱਲ ਜਾ ਤੂੰ ਨਿਕਲ ਪਰਪਰਾ ਚੱਲ ਜਾ ਕਿਧਰ ਬਦਤਮੀਜ਼ੀ ਨਾ ਕਰੀ ਮੈਂ ਆਰਡਰ ਲੈ ਕੇ ਆਇਆ ਤੂੰ ਐਡਾ ਇਸਲਾਮਾਬਾਦ ਜਾਣਾ ਵਾ ਰਸਤੇ ਮੈਂ ਬੰਦ ਕੀਤੇ ਆ ਆਹ ਤੈਨੂੰ ਮੈਂ ਚੱਲ ਚਲੀਏ ਕਿੱਥੇ ਜਾਣਾ ਈ ਮੱਕੇ ਤਾਂ ਚਲੋ ਰਸਤੇ ਚਲੋ ਚਲੋ ਓਏ ਮੇਰੀ ਗੱਲ ਸੁਣ ਲੈ ਇਹਨੂੰ ਰੰਗ ਕਰ ਲਾਂਗੇ ਰੰਗ ਕਰ ਓਏ ਹਾਏ ਹਾਏ ਖੋਤੇ ਨੂੰ ਰੰਗ ਕਰ ਲਾਂਗੇ ਨਾ ਖੋਤਾ ਖੋਤਾ ਹੀ ਨਵਾਂ ਆਏ ਕਿਧਰ ਵੱਜਿਆ ਵਾ ਡੰਟ ਪੈ ਗਿਆ ਉਹਨੂੰ ਪੇਂਟ ਉੱਡ ਗਿਆ ਖੋਤੇ ਦਾ ਐਵੀਂ ਮੈਂ ਰੰਗ ਕਰਾਂ ਚੱਲ ਆਪਣਾ ਮੈਨੂੰ ਕੰਮ ਕਰ ਨੀਲੇ ਰੰਗ ਦਾ ਨੀਲਾ ਰੰਗ ਕਰਾ ਕੇ ਨਾ ਨੀਲਾ ਖੋਤਾ ਕਿਸੇ ਨੇ ਵੇਖੇ ਆਊ ਤੋਂ ਗਾਣਾ ਵੀ ਗਾ ਨੀਲ ਕਰਾਈਆਂ ਨੀਲ ਗਾ ਮੇਰਾ ਤਨ ਮਨ ਨੀਲੋ ਨੀਲ ਮੈਂ ਉਹਦੇ ਕਿਤੇ ਦਿਲਾਂ ਆਉਂਦੇ ਮੇਰਾ ਸੌਦਾ ਲੈ ਗਈ ਚੀਜ਼ ਚੱਲੀਏ ਬਸ ਓਏ ਉਹ ਮੇਰੇ ਕੋਲ ਐਵੀਂ ਮਾਰਨਾ ਚੱਲ ਜਾ ਮੈਨੂੰ ਮੈਨੂੰ ਕੰਮ ਕਰਨ ਦਾ ਯਾਰ ਮੈਂ ਫੇਰਾ ਸੁਣ ਜਾਣਾ ਮਿਸਤਰੀ ਮੇਰੀ ਜਾਨ ਨੂੰ ਲਾਉਂਦੇ ਹੋਣੇ ਇੱਟਾਂ ਦੇਣੀਆਂ ਉਹਨਾਂ ਨੂੰ ਮੈਂ ਉਹ ਤਾਂ ਰਿਸਕਾ ਮੇਰਾ ਟਾਕੀ ਮਾਰ ਲਈ ਖੋਤੇ ਦੀ ਤਿਆਰੀ ਬਲੋਸਮ ਕਰਦੇ ਇਹਨੂੰ ਮੈਂ ਜਾਣਾ ਵਾ ਤੂੰ ਇਸਲਾਮਾਬਾਦ ਫਲਾਣੀ ਜਗ੍ਹਾ ਜਾ ਯਾਰ ਮੇਰਾ ਦਿਮਾਗ ਨਾ ਖਾ ਸਕਦਾ ਮਾਰੀ ਤੈਨੂੰ ਮੈਂ ਕਹਿ ਰਿਹਾ ਧੱਕਾ ਨਾ ਮਾਰਾ ਮੈਂ ਤੈਨੂੰ ਖੋਤੇ ਦੇ ਥੱਲੇ ਦੇ ਦੇਣਾ ਮੈਂ ਤੈਨੂੰ ਦੱਸ ਦਿੰਦਾ ਖੋਤੇ ਇਹ ਜਿਹੇ ਉੱਥੇ ਜਿਹੜਾ ਮਰਜ਼ੀ ਕਰਾ ਲਿਆ ਕਰਾ ਮੈਨੂੰ ਕਿਉਂ ਕਹਿਣ ਡਿਆ ਵਾ ਮੇਰੇ ਕੋਲ ਤੇ ਇੰਜ ਆ ਕੇ ਜਿਵੇਂ ਡਰ ਹੋ ਮੇਰੇ ਕੋਲ ਤੇਰੇ ਨਾਲ ਦੇ 20 ਖੋਤੇ ਉੱਥੋਂ ਲੱਭ ਜਾਂਦੇ ਆ ਉਹ ਤੇਰੇ ਨਾਲ ਦਾ ਲੱਭ ਜਾਂਦੇ ਆ ਖੋਤੇ ਆ ਉਹ ਖੋਤੇ ਆ ਮੇਰੀ ਗੱਲ ਮੇਰੇ ਕੋਲ ਨਾ ਵੀ ਮੋਰ ਨਾ ਖਾਲੀ